ਸਤਿ ਸ਼੍ਰੀ ਅਕਾਲ ਜੀ, ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ। ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹਾਂ। ਮੈਂ ਹਾਂ ਹਰਮਨਪ੍ਰੀਤ, ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਤੈਨਾ ਜੀ ਦੇ ਨਾਲ। ਇਹ ਖਬਰਾਂ ਸਾਡੇ ਤੱਕ ਪਹੁੰਚਾਉਣ ਦੇ ਲਈ ਸਾਡਾ ਸਹਿਯੋਗ ਕੀਤਾ ਇੰਡੋ ਸਪਾਈਸ ਵਰਲਡ ਤੇ ਮਨੀਗ੍ਰਾਮ ਨੇ। ਤੈਨਾ ਸਰ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਚ। ਬੜੀ ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਤਾਂ ਅਕਾਲੀ ਦਲ ਦੀ ਗੱਲ ਕਰਦੇ ਹਾਂ ਜੀ। ਅਕਾਲੀ ਦਲ ਦੇ ਹਾਲਾਤ ਕੁਝ ਠੀਕ ਨਜ਼ਰ ਨਹੀਂ ਆ ਰਹੇ। ਕਹਿੰਦੇ ਬੋਨੀ ਅਜਨਾਲਾ ਹੋਰਾਂ ਨੇ ਵੀ ਅਕਾਲੀ ਦਲ ਨੂੰ ਟਾਟਾ ਬਾਏ ਬਾਏ ਕਹਿ ਦਿੱਤੀ ਹੈ। ਬਿਲਕੁਲ ਜੀ ਬਿਲਕੁਲ, ਬੋਨੀ ਅਜਨਾਲਾ ਨੇ ਜਿਹੜੇ ਇਹ ਅਕਾਲੀ ਦਲ ਦੇ ਸਾਬਕਾ ਵਿਧਾਇਕ ਆ, ਪਿਛਲੇ ਕੁਝ ਕੁ ਸਮੇਂ ਤੋਂ ਖਟਪਟੀ ਚੱਲ ਰਹੀ ਸੀ, ਉਹ ਖਟਪਟੀ ਇਸ ਰੂਪ ਦੇ ਵਿੱਚ ਸਾਹਮਣੇ ਆਈ ਆ ਵੀ ਇਹਨਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ। ਲਗਭਗ 10 ਦਿਨ ਪਹਿਲਾਂ ਇਸ ਗੱਲ ਦੇ ਅੰਦਾਜ਼ੇ ਲੱਗਣੇ ਸ਼ੁਰੂ ਹੋਏ ਸੀ ਕਿ ਬੋਨੀ ਅਜਨਾਲਾ ਨੇ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼ਾਇਦ ਬੀਜੇਪੀ ਦੇ ਵੱਲ ਚਲੇ ਜਾਣਾ। ਬੀਜੇਪੀ ਦੇ ਵੱਲ ਤਾਂ ਨਹੀਂ ਗਏ, ਪਰ ਇਹਨਾਂ ਨੇ ਅਕਾਲੀ ਦਲ ਨੂੰ ਅਲਵਿਦਾ ਜ਼ਰੂਰ ਕਹਿਤੀ ਹੈ। ਮਤਲਬ ਕਿਸੇ ਨਾ ਕਿਸੇ ਪਾਰਟੀ ਵੱਲ ਤਾਂ ਜਾਣਗੇ ਤੇ ਸ਼ਾਇਦ ਉਹ ਬੀਜੇਪੀ ਵੀ ਹੋਵੇ, ਕਿਉਂਕਿ ਆਮ ਆਦਮੀ ਪਾਰਟੀ ਨੇ ਲੈਣਾ ਨਹੀਂ ਤੇ ਕਾਂਗਰਸ ਦੇ ਵਿੱਚ ਗੱਲ ਬਣਨੀ ਨਹੀਂ, ਤੇ ਇਸ ਕਰਕੇ ਮੈਨੂੰ ਲੱਗਦਾ ਜੀ ਕਿ ਉੱਧਰ ਬੀਜੇਪੀ ਤੋਂ ਬਿਨਾਂ ਹੋਰ ਕੋਈ ਬਦਲ ਵੀ ਹੈ ਨਹੀਂ। ਦੂਜੀ ਗੱਲ ਇਹ ਵੀ ਕੱਲ੍ਹ ਜਦੋਂ ਇਹਨਾਂ ਨੇ ਸੁਖਬੀਰ ਬਾਦਲ ਨੂੰ ਅਸਤੀਫਾ ਭੇਜਿਆ ਤਾਂ ਉਸ ਤੋਂ ਪਹਿਲਾਂ ਇਹਨਾਂ ਨੇ ਪਾਰਟੀ ਦੇ ਆਪਣੇ ਸਮਰਥਕਾਂ ਦੇ ਨਾਲ ਗੱਲਬਾਤ ਕੀਤੀ ਹੈ। ਇਹਨਾਂ ਨੇ ਇਹ ਗੱਲ ਕਹੀ ਹੈ ਵੀ ਸੁਖਬੀਰ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੋਵਾਂ ਜਣਿਆਂ ਨੇ ਪਾਰਟੀ ਦਾ ਭੱਠਾ ਬਿਠਾਤਾ। ਇਹਨਾਂ ਨੇ ਇਹ ਗੱਲ ਕਹੀ ਹੈ ਵੀ ਇਸ ਵੇਲੇ ਪੰਜਾਬ ਦੇ ਵਿੱਚ ਇਹ ਪਾਰਟੀ ਪੰਥ ਦੀ ਗੱਦਾਰ ਬਣ ਗਈ ਹੈ ਤੇ ਇੱਥੇ ਪਾਰਟੀ ਦੇ ਕਈ ਵਰਕਰ ਆ ਜਿਹੜੇ ਆਗੂ ਆ ਜਿਹੜੇ ਉਹ ਵੀ ਨਸ਼ਾ ਵੇਚਣ ਦਾ ਕੰਮ ਕਰ ਰਹੇ ਆ। ਇਹਨਾਂ ਨੂੰ ਅਸਲ ਵਿੱਚ ਸਭ ਤੋਂ ਵੱਧ ਦੁੱਖ ਇਸ ਗੱਲ ਦਾ ਵੀ ਆ, ਹੋਰ ਵੀ ਕਈ ਹੋਣਗੇ ਪਰ ਇੱਕ ਦੁੱਖ ਇਹ ਵੀ ਆ ਕਿ ਜਦੋਂ ਇਹ ਚਲੋ ਹਾਰ ਗਏ ਪਰ ਇਹਨਾਂ ਨੂੰ ਪਾਰਟੀ ਦੇ ਵੱਲੋਂ ਸਨਮਾਨ ਨਹੀਂ ਦਿੱਤਾ ਗਿਆ। ਇਹਨਾਂ ਦੇ ਬੰਦੇ ਵਿੱਚ ਹਰਖ ਆ ਵੀ ਇੱਕ ਤਾਂ ਸਾਡੀ ਪਾਰਟੀ ਦੀ ਵੈਸੇ ਪੁੱਛ ਪ੍ਰਤੀਤ ਹੈ ਨਹੀਂ ਪੰਜਾਬ 'ਚ ਹੁਣ, ਦੂਜਾ ਇਹ ਵੀ ਪਾਰਟੀ ਦੇ ਵਿੱਚ ਮੇਰੀ ਵੀ ਪੁੱਛ ਪ੍ਰਤੀਤ ਹੈ ਨਹੀਂ ਗੀ। ਚਲੋ ਬੰਦਾ ਕਹਿੰਦਾ ਵੀ ਯਾਰ ਪਾਰਟੀ ਦੀ ਤਾਂ ਚਲੋ ਸਾਰੇ ਪੰਜਾਬ 'ਚ ਹੈ ਨਹੀਂ, ਮੇਰੀ ਤਾਂ ਮੇਰੇ ਹਲਕੇ ਦੇ ਵਿੱਚ ਪੁੱਛ ਗਿੱਛ ਹੈਗੀ ਆ ਨਾ। ਜਿਹੜਾ ਇਹਨਾਂ ਦੇ ਹਲਕੇ ਦੇ ਵਿੱਚ ਇੰਚਾਰਜ ਲਾਇਆ ਬਿਕਰਮ ਮਜੀਠੀਆ ਨੇ ਇਹਨਾਂ ਦੀ ਥਾਂ ਦੇ ਉੱਤੇ ਆਪਣਾ ਇੱਕ ਚਹੇਤਾ ਲਵਾਤਾ, ਮਤਲਬ ਇਹਨਾਂ ਨੂੰ ਬਿਲਕੁਲ ਨੁਕਰੇ ਲਾਤਾ। ਉਸੇ ਦਿਨ ਤੋਂ ਇਸ ਗੱਲ ਦੀ ਆਸ ਸੀ ਵੀ ਭਾਈ ਇਹਨਾਂ ਦੇ ਵੱਲੋਂ ਪਾਰਟੀ ਨੂੰ ਅਲਵਿਦਾ ਕਹੀ ਜਾਊਗੀ ਤੇ ਇਹਨਾਂ ਨੇ ਪਾਰਟੀ ਨੂੰ ਅਲਵਿਦਾ ਆਖ ਦਿੱਤੀ ਹੈ। ਹੁਣ ਦੇਖੋ ਅਕਾਲੀ ਦਲ ਜਿਹੜਾ ਚਾਰੇ ਪਾਸੇ ਟੁੱਟਿਆ ਝੰਬਿਆ ਪਿਆ, ਉਹ ਹੁਣ ਕੀ ਕਰੂਗਾ? ਇਸ ਹਲਕੇ ਦੇ ਵਿੱਚ ਉਹਨਾਂ ਨੇ ਤਾਂ ਆਪਦੇ ਬੰਦੇ ਹੋਰ ਲੱਭੇ ਹੋਏ ਆ ਤੇ ਉਹ ਆਉਂਦੇ ਸਮੇਂ ਦੇ ਵਿੱਚ ਕੀ ਹੋਰ ਉਦਮ ਕਰੂਗਾ ਇਹ ਵਕਤ ਦੱਸੂਗਾ। ਪਰ ਗੱਲ ਇਹ ਵੀ ਅਕਾਲੀ ਦਲ ਜਿਹੜਾ ਕਿ ਇਸ ਵੇਲੇ ਜਲੰਧਰ ਦੀ ਚੋਣ ਕਰਕੇ ਕਈਆਂ ਨੂੰ ਪਲੋਸਣ ਦੇ ਰਾਹ ਦੇ ਉੱਤੇ ਪਿਆ ਵੀ ਇਹਨੂੰ ਵੀ ਪਲੋਸ ਕੇ ਨਾਲ ਜੋੜ ਲਈਏ, ਇਹਨੂੰ ਵੀ ਪਲੋਸ ਕੇ ਨਾਲ ਤੋਰ ਲਈਏ, ਆਹ ਵੀ ਜਿਹੜਾ ਰੁੱਸਿਆ ਇਹਨੂੰ ਵੀ ਮਨਾ ਲਈਏ, ਉਸ ਵਕਤ ਵੀ ਕਈ ਰੁੱਸ ਰੁੱਸ ਕੇ ਪਾਰਟੀ ਛੱਡ ਰਹੇ ਆ। ਇਹ ਅਕਾਲੀ ਦਲ ਵਾਸਤੇ ਵੱਡੇ ਝਟਕੇ ਵਾਲੀ ਗੱਲ ਆ। ਜੀ ਬਿਲਕੁਲ, ਤੁਸੀਂ ਸਹੀ ਕਿਹਾ, ਜੇਕਰ ਇਹੋ ਜਿਹੇ ਝਟਕੇ ਲੱਗਦੇ ਰਹੇ ਤਾਂ ਅਕਾਲੀ ਦਲ ਦੇ ਹਾਲਾਤ ਜਿਹੜੇ ਆ ਹੋਰ ਜ਼ਿਆਦਾ ਖਰਾਬ ਹੋ ਸਕਦੇ ਨੇ ਆਉਂਦੇ ਵੇਲੇ ਦੇ ਵਿੱਚ। ਪਰ ਵੈਸੇ ਕਹਿਣਾ ਸਾਹਿਬ, ਇਸ ਵੇਲੇ ਅਕਾਲੀ ਦਲ ਜਿਹੜਾ ਉਹ ਇੱਕਦਮ ਸ਼ਾਂਤ ਹੈ, ਚੁੱਪ ਹੈ, ਕੁਛ ਵੀ ਕਰਦਾ ਹੋਇਆ ਵੀ ਨਜ਼ਰ ਨਹੀਂ ਆ ਰਿਹਾ। ਦੇਖੋ ਉਹ ਸ਼ਾਂਤ ਹੀ ਰਹੂਗਾ ਜੀ, ਹੁਣ ਕਰਨ ਨੂੰ ਹੈ ਵੀ ਕੀ ਉਹਨਾਂ ਦੇ ਕੋਲੇ? ਜਾਂ ਤਾਂ ਹੋਵੇ ਕੋਈ ਬਹੁਤ ਵੱਡੇ ਕਾਫਲੇ ਨਾਲ ਤੁਰ ਰਹੇ ਆ, ਜਾਂ ਹੋਵੇ ਵੀ ਭਾਈ ਕੋਈ ਲੋਕ ਆ ਜਿਹੜੇ ਉਹ ਕੋਈ ਨਾਲ ਤੁਰ ਪਏ ਵੀ ਭਾਈ ਅਸੀਂ ਮੰਨ ਗਏ ਵੀ ਤੁਹਾਡੇ ਬਿਨਾਂ ਸਰਿਆ ਨਹੀਂ। ਇਸ ਵੇਲੇ ਅਕਾਲੀ ਦਲ ਜਿਵੇਂ ਸ਼ਾਂਤ ਹੈ, ਇਹ ਆਉਂਦੇ ਕਈ ਸਾਲ ਇਵੇਂ ਹੀ ਸ਼ਾਂਤ ਰਹੂਗਾ। ਉਹਦਾ ਕਾਰਨ ਇਹ ਆ ਵੀ ਲੋਕ ਆ ਨਾ ਜਿਹੜੇ ਉਹਨਾਂ ਦੇ ਮਨਾਂ ਦੇ ਵਿੱਚੋਂ ਹਾਲੇ ਗੱਲ ਨਿਕਲਦੀ ਨਹੀਂ ਵੀ 10 ਸਾਲ ਅਸੀਂ ਮੌਕਾ ਦਿੱਤਾ ਸੀ, ਉਹਨਾਂ 10 ਵਰ੍ਹਿਆਂ ਦੇ ਵਿੱਚ ਇਹਨਾਂ ਨੇ ਕੀਤਾ ਕੀ ਆ। ਉਸ ਤੋਂ ਅਗਲੀ ਗੱਲ ਇਹ ਵੀ ਰਾਜਨੀਤੀ ਦਾ ਮੁਹਾਂਦਰਾ ਬਦਲ ਗਿਆ। ਹੁਣ ਉਹ ਗੱਲ ਗਈ ਵੀ ਜਦੋਂ ਅਖਬਾਰ ਦੇ ਵਿੱਚ ਖਬਰ ਛਪੀ ਤਾਂ ਪੂਰੇ ਪੰਜਾਬ 'ਚ ਲਾੜਾ ਲਾੜਾ ਹੋ ਗਈ ਵੀ ਹਾਂ ਇਹਨਾਂ ਨੇ ਐਂ ਕਰਤਾ, ਇਹਨਾਂ ਨੇ ਐਂ ਕਰਤਾ। ਅੱਜ ਕੱਲ੍ਹ ਤਾਂ ਹਰ ਬੰਦਾ ਪੱਤਰਕਾਰ ਆ, ਹਰ ਬੰਦੇ ਦੇ ਕੋਲੇ ਆਪਦਾ ਗੂੜ ਗਿਆਨ ਹੈਗਾ। ਸੋ ਉਹਨਾਂ ਦੀਆਂ ਉਹ ਗੱਲਾਂ ਉਹ ਤਜਵੀਜ਼ਾਂ ਚੱਲਦੀਆਂ ਨਹੀਂ ਜਿਹੜੀਆਂ ਕਿ ਹੁਣ ਤੱਕ ਚੱਲਦੀਆਂ ਰਹੀਆਂ। ਰਾਜਨੀਤੀ ਦੇ ਵਿੱਚ ਨਵਾਂ ਪੂਰ ਆਇਆ, ਇਹ ਰਾਜਨੀਤਿਕ ਪੂਰ ਆ ਜਿਹੜਾ ਸਥਾਪਿਤ ਭਾਵੇਂ ਨਹੀਂ ਆ, ਪਰ ਇਹਨਾਂ ਦੇ ਵੱਲੋਂ ਕੀਤੇ ਜਾਂਦੇ ਕੰਮ, ਦਿਖਾਈ ਜਾਂਦੀ ਊਰਜਾ ਤੇ ਵਰਤੇ ਜਾਂਦੇ ਪ੍ਰਚਾਰ ਦੇ ਢੰਗ, ਇਹ ਤਿੰਨੇ ਗੱਲਾਂ ਜਿਹੜੀਆਂ ਉਹ ਪੁਰਾਣਿਆਂ ਦੇ ਨਾਲੋਂ ਵੱਖਰੀਆਂ। ਸੋ ਅਕਾਲੀ ਦਲ ਦੇ ਵਿੱਚ ਨਵਾਂ ਪੂਰ ਨਹੀਂ ਆ ਰਿਹਾ, ਯੂਥ ਆ ਜਿਹੜਾ ਉਹ ਕਮਜ਼ੋਰ ਹੋ ਰਿਹਾ, ਤੇ ਜਿਹੜੀ ਪਾਰਟੀ ਦੇ ਨਾਲੋਂ ਯੂਥ ਕਮਜ਼ੋਰ ਹੋ ਜੇ ਜਾਂ ਟੁੱਟ ਜੇ ਜਾਂ ਠੰਡਾ ਹੋ ਕੇ ਮਾਯੂਸ ਹੋ ਕੇ ਬੈਠ ਜੇ, ਉਸ ਪਾਰਟੀ ਦਾ ਹਾਲ ਉਹੀ ਹੁੰਦਾ ਜਿਵੇਂ ਅਕਾਲੀ ਦਲ ਦਾ ਹੈਗਾ। ਜੀ ਬਿਲਕੁਲ ਸਹੀ ਕਿਹਾ ਤੁਸੀਂ। ਤੇ ਉਧਰ ਦੂਸਰੇ ਬੰਨੇ ਅਕਾਲੀ ਦਲ ਤੇ ਬਸਪਾ ਗੱਠਜੋੜ ਜਲੰਧਰ ਚ ਇੱਜ਼ਤ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਹੈ ਜੀ। ਹਾਂ ਬਿਲਕੁਲ, ਦੇਖੋ ਜੀ ਗੱਲ ਇਹ ਵੀ ਹੁਣ ਜਲੰਧਰ ਦੇ ਵਿੱਚ ਜ਼ਿਮਨੀ ਚੋਣ ਹੋਣੀ ਹੈ 5 ਜਾਂ 2 ਮਹੀਨੇ ਦੇ ਵਿੱਚ ਸ਼ਾਇਦ। ਇਹਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਤਾਂ ਜ਼ੋਰ ਲਾ ਹੀ ਰਹੀਆਂ, ਪਰ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਵਿੱਚੋਂ ਕਿਹਦਾ ਉਮੀਦਵਾਰ ਹੋਊਗਾ? ਜੇ ਬਸਪਾ ਆਪਣਾ ਉਮੀਦਵਾਰ ਖੜੂ ਤੇ ਅਕਾਲੀ ਦਲ ਮਦਦ ਕਰੂ, ਜਾਂ ਅਕਾਲੀ ਦਲ ਉਮੀਦਵਾਰ ਖੜੂ ਤੇ ਬਸਪਾ ਮਦਦ ਕਰੂ, ਇਹ ਤਾਂ ਹੁਣ ਵਕਤ ਦੱਸੂਗਾ। ਪਰ ਗੱਲ ਇਹ ਆ ਵੀ ਦੋਵਾਂ ਪਾਰਟੀਆਂ ਦੀ ਹੀ ਇੱਜ਼ਤ ਮੈਨੂੰ ਲੱਗਦਾ ਦਾਅ ਤੇ ਆ, ਕਿਉਂਕਿ ਦੋਵਾਂ ਪਾਰਟੀਆਂ ਦਾ ਹੀ ਪੰਜਾਬ ਦੇ ਵਿੱਚ ਕੋਈ ਬਹੁਤਾ ਵੱਡਾ ਆਧਾਰ ਹੈ ਨਹੀਂ।
ਬਸਪਾ ਦਾ ਕਿਸੇ ਵੇਲੇ ਦੁਆਬੇ 'ਚ ਆਧਾਰ ਹੁੰਦਾ ਸੀ, ਜਲੰਧਰ ਦੁਆਬੇ ਦਾ ਗੜ੍ਹ ਆ, ਪਰ ਗੱਲ ਇਹ ਵੀ ਅੱਜ ਦੀ ਤਰੀਕ ਦੇ ਵਿੱਚ ਬਸਪਾ ਵੀ ਤਾਂ 5-7-10 ਹਜ਼ਾਰ ਵੋਟ ਤੋੜਨ ਵਾਲੀ ਹੈ, ਹੋਰ ਕੋਈ ਇੱਦਾਂ ਦੀ ਗੱਲ ਹੈ ਨਹੀਂ ਵੀ ਉਹ ਕਦੇ ਜਿੱਤ ਵੀ ਜਾਣਗੇ। ਤੁਸੀਂ ਦੇਖੋ ਵੀ ਕਿਸੇ ਵੇਲੇ ਦੁਆਬੇ ਦੇ ਵਿੱਚ ਬਸਪਾ ਦੀ ਤੂਤੀ ਬੋਲਦੀ ਹੁੰਦੀ ਸੀ, ਅੱਜ ਬਸਪਾ ਕਿੱਥੇ ਹੈ, ਅੱਜ ਇਹਨਾਂ ਦੇ ਕੋਲ ਸਿਰਫ ਇੱਕ ਸੀਟ ਆ। ਹੁਣ ਉਸੇ ਤਰੀਕੇ ਨਾਲ ਅਕਾਲੀ ਦਲ ਦੀ ਕਿਸੇ ਵੇਲੇ ਤੂਤੀ ਬੋਲਦੀ ਸੀ, ਅੱਜ ਇਹਨਾਂ ਕੋਲ ਸਿਰਫ 2 ਸੀਟਾਂ। ਸੋ 3 ਸੀਟਾਂ ਵਾਲੀਆਂ 2 ਪਾਰਟੀਆਂ ਇਹ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਜ਼ਿਮਨੀ ਚੋਣ ਦੇ ਵਿੱਚ ਜਿੱਤ ਤਾਂ ਨਹੀਂ ਸਕਣਗੇ, ਇਹ ਤਾਂ 100% ਗਰੰਟੀ ਹੈ। ਪਰ ਇਹ ਆ ਵੀ ਕੀ ਇਹ ਸਨਮਾਨਯੋਗ ਵੋਟਾਂ ਹਾਸਲ ਕਰ ਸਕਣਗੇ, ਕੀ ਬਸਪਾ ਅਕਾਲੀ ਦਲ ਦੀ ਇੱਜ਼ਤ ਬਚਾ ਸਕੂ, ਕਿਉਂਕਿ ਦੁਆਬੇ ਦੇ ਵਿੱਚ ਬਸਪਾ ਦਾ ਗੜ੍ਹ ਰਿਹਾ ਅਤੇ ਦੁਆਬੇ ਦੇ ਵਿੱਚ ਬਸਪਾ ਕਈ ਸੀਟਾਂ ਵੀ ਲੈ ਕੇ ਜਾਂਦੀ ਰਹੀ ਹੈ। ਅੱਜ ਦੀ ਤਰੀਕ ਦੇ ਵਿੱਚ ਦੋਵਾਂ ਪਾਰਟੀਆਂ ਦੇ ਲਈ ਇਹ ਗੱਲ ਔਖੀ ਹੋਈ ਪਈ ਹੈ ਜੇ ਭਾਈ ਕਿਹਨੂੰ ਟਿਕਟ ਦੇਗੇ ਅਤੇ ਦੂਜੀ ਪਾਰਟੀ ਉਹਦੀ ਕਿਵੇਂ ਮਦਦ ਕਰੇ। ਮੈਨੂੰ ਇਹ ਲੱਗਦਾ ਵੀ ਬਸਪਾ ਨੂੰ ਟਿਕਟ ਮਿਲੂਗੀ, ਕਿਉਂਕਿ ਮਾਲਵੇ ਦੇ ਵਿੱਚ ਅਕਾਲੀ ਦਲ ਦਾ ਆਧਾਰ ਆ, ਬਸਪਾ ਦਾ ਆਧਾਰ ਮਾੜਾ ਮੋਟਾ ਜਿਹੜਾ ਉਹ ਦੁਆਬੇ ਦੇ ਵਿੱਚ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਤਾਂ ਵੀ ਬਸਪਾ ਨੂੰ ਟਿਕਟ ਮਿਲੂ ਅਤੇ ਅਕਾਲੀ ਦਲ ਮਦਦ ਕਰੂਗਾ, ਅਤੇ ਬਾਕੀ ਸਮਾਂ ਦੱਸੋ। ਜੀ ਬਿਲਕੁਲ ਸਹੀ ਸਰ, ਅੱਗੇ ਵੱਧਦੇ ਹਾਂ, ਗੱਲ ਕਰਦੇ ਹਾਂ ਜੀ ਹੁਣ ਚੰਦੂ ਮਾਜਰਾ ਸਾਹਿਬ ਦੀ। ਚੰਦੂ ਮਾਜਰਾ ਹੋਰਾਂ ਦੇ ਵੱਲੋਂ ਕਹਿੰਦੇ ਮੋਹਾਲੀ ਮੋਰਚੇ 'ਚ ਤਸ਼ੱਦਦ ਦੀ ਨਿੰਦਾ ਕੀਤੀ ਗਈ ਹੈ। ਹਾਂ ਬਿਲਕੁਲ ਜੀ, ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜੇ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਆ, ਉਹਨਾਂ ਨੇ ਮੋਹਾਲੀ ਮੋਰਚੇ ਦੇ ਵਿੱਚ ਜੋ ਤਸ਼ੱਦਦ ਹੋਇਆ ਉਹਦੇ ਉੱਤੇ ਨਿੰਦਿਆ ਕੀਤੀ ਆ ਸੱਤਾਧਾਰੀ ਧਿਰ ਦੀ, ਆਮ ਆਦਮੀ ਪਾਰਟੀ ਦੀ। ਦੇਖੋ ਦੋ ਗੱਲਾਂ ਨੇ, ਇੱਕ ਤਾਂ ਤਸ਼ੱਦਦ ਹੋਇਆ ਇਹ ਬਹੁਤ ਮਾੜੀ ਗੱਲ ਆ, ਪਰਚੇ ਦਰਜ ਹੋਏ ਚਲੋ ਇਹ ਵੀ ਮਾੜੀ ਗੱਲ ਆ, ਪਰ ਜਿਹੜੀਆਂ ਆਪਾਂ ਤਲਵਾਰਾਂ ਲਹਿਰਾਈਆਂ ਚੰਗੀ ਗੱਲ ਉਹ ਵੀ ਨਹੀਂ। ਸਾਨੂੰ ਤਲਵਾਰਾਂ ਨਹੀਂ ਲਹਿਰਾਉਣੀਆਂ ਚਾਹੀਦੀਆਂ, ਸਾਨੂੰ ਸ਼ਾਂਤਮਈ ਰਹਿਣਾ ਚਾਹੀਦਾ। ਸੱਤਾਧਾਰੀ ਧਿਰ ਨੂੰ ਅਤੇ ਪੁਲਿਸ ਨੂੰ ਪਰਚੇ ਨਹੀਂ ਦਰਜ ਕਰਨੇ ਚਾਹੀਦੇ ਅਤੇ ਸਾਰਾ ਕੁਝ ਬਰਾਬਰ ਹੋਣਾ ਚਾਹੀਦਾ। ਇਹ ਨਹੀਂ ਵੀ ਆਪਾਂ ਇੱਕੋ ਹੀ ਗੱਲ ਕਰੀ ਜਾਈਏ ਵੀ ਉਹਨਾਂ ਦੀਆਂ ਤਲਵਾਰਾਂ ਕੱਢਣੀਆਂ ਤਾਂ ਵਾਜਬ ਸੀ, ਇਹਨਾਂ ਦੇ ਵੱਲੋਂ ਪਰਚੇ ਦਰਜ ਮਾੜੀ ਗੱਲ ਆ। ਪਰਚੇ ਵੀ ਨਹੀਂ ਹੋਣੇ ਚਾਹੀਦੇ, ਤਲਵਾਰਾਂ ਵੀ ਨਹੀਂ ਹੋਣੀਆਂ ਚਾਹੀਦੀਆਂ। ਪਰ ਇੱਥੇ ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ ਨੇ ਕਿਹਾ ਕਿ ਇਹ ਪਾਰਟੀ ਹੈ ਜਿਹੜੀ ਉਹ ਪਿਛਲੀ ਸਰਕਾਰ ਵਰਗੀ ਹੈ, ਲੋਕਾਂ ਦੀਆਂ ਭਾਵਨਾਵਾਂ ਸਮਝਣ ਦੀ ਥਾਂ ਦੇ ਉੱਤੇ ਅਤੇ ਇਹਨਾਂ ਨੇ ਪਰਚੇ ਦਰਜ ਕਰਵਾਉਣੇ ਸ਼ੁਰੂ ਕਰਤੇ ਆ। ਕਿਉਂਕਿ ਹੁਣ ਜਾਣਕਾਰੀ ਇਹ ਮਿਲੀ ਹੈ ਵੀ ਜਿਹੜੇ ਉੱਥੇ ਤਲਵਾਰਾਂ ਲਹਿਰਾਉਣ ਵਾਲੇ ਸੀ ਜਾਂ ਜਿਨ੍ਹਾਂ ਨੇ ਪੁਲਿਸ ਦੇ ਉੱਤੇ ਹਮਲਾ ਕੀਤਾ ਮੋਹਾਲੀ ਮੋਰਚੇ ਦੇ ਵਿੱਚ, ਉਹਨਾਂ ਦੇ ਵਿੱਚੋਂ ਕਈਆਂ ਦੀਆਂ ਤਸਵੀਰਾਂ ਜਿਹੜੀਆਂ ਉਹ ਵੀਡੀਓ ਫੁਟੇਜ ਦੇ ਵਿੱਚੋਂ ਕੱਢ ਕੇ ਅਤੇ ਪਛਾਣ ਵਾਸਤੇ ਲੋਕਾਂ ਨੂੰ ਦਿਖਾਈਆਂ ਜਾ ਰਹੀਆਂ ਵੀ ਇਹ ਬੰਦੇ ਤੁਸੀਂ ਜੇ ਪਛਾਣਦੇ ਸਾਨੂੰ ਦੱਸੋ। ਜਿਹੜਾ ਵੀ ਇਹਨਾਂ ਲੋਕਾਂ ਦੀ ਪਛਾਣ ਦੱਸੂਗਾ ਉਹਨਾਂ ਨੂੰ 10-10 ਹਜ਼ਾਰ ਰੁਪਇਆ ਇਨਾਮ ਦੇਣ ਦੀ ਗੱਲ ਵੀ ਕਹੀ ਗਈ ਹੈ। ਸੋ ਗੱਲ ਇਹ ਜੀ ਕਿ ਆਉਂਦੇ ਸਮੇਂ ਦੇ ਵਿੱਚ ਮੋਰਚੇ ਦਾ ਵੀ ਕੀ ਬਣੂਗਾ ਸਵਾਲ ਤਾਂ ਇਹ ਆ। ਮੈਨੂੰ ਰਾਜੇਵਾਲ ਸਾਹਿਬ ਦੀ ਇੱਕ ਗੱਲ ਵਧੀਆ ਲੱਗੀ, ਬਲਵੀਰ ਸਿੰਘ ਰਾਜੇਵਾਲ ਦੀ, ਉਹ ਕਹਿੰਦੇ ਕਿਸਾਨ ਅੰਦੋਲਨ ਅਸੀਂ ਵੀ ਲੜਿਆ ਪਰ ਅਸੀਂ ਵਾਰ ਵਾਰ ਇਹ ਵੀ ਗੱਲ ਕਹਿੰਦੇ ਸੀ ਵੀ ਜੇਕਰ ਆਪਾਂ ਹਿੰਸਕ ਹੋ ਗਏ ਆਪਣੇ ਸਮਝ ਲਓ ਬੁਰਾ ਹਾਲ ਹੋ ਜਾਊਗਾ, ਸ਼ਾਂਤਮਈ ਤਰੀਕੇ ਨਾਲ ਹੀ ਆਪਾਂ ਇਸ ਅੰਦੋਲਨ ਨੂੰ ਜਿੱਤ ਸਕਦੇ ਹਾਂ। ਪਰ ਇਸ ਮੋਰਚੇ ਦੇ ਵਿੱਚ ਵੱਖੋ ਵੱਖਰੀ ਵਿਚਾਰਧਾਰਾ ਵਾਲੇ ਲੋਕ ਆ ਜਿਹੜੇ ਉਹ ਆਏ ਤਾਂ ਹੈਗੇ ਜੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ, ਪਰ ਵਿੱਚੋਂ ਕਈ ਬੰਦੇ ਕੁਛ ਹੋਰ ਕਹਿਣ ਲੱਗ ਜਾਂਦੇ, ਅੱਧੇ ਬੰਦੇ ਕੁਛ ਹੋਰ ਕਹਿਣ ਲੱਗ ਜਾਂਦੇ ਆ। ਤਲਵਾਰਾਂ ਕੱਢ ਕੇ ਅਸੀਂ ਕਿਹੜੀ ਜੰਗ ਜਿੱਤਾਂਗੇ, ਗੱਲ ਤਾਂ ਇਹ ਆ ਆਪਾਂ ਨੂੰ ਉਹ ਚੰਡੀਗੜ੍ਹ ਦੇ ਵਿੱਚ ਨਹੀਂ ਵੜਨ ਦਿੰਦੇਗੇ ਅਤੇ ਆਪਾਂ ਦਿੱਲੀ ਜਿੱਤਣ ਦੀ ਗੱਲ ਕਰਨ ਲੱਗ ਜਾਂਦੇ ਹਾਂ। ਸੋ ਤਰੀਕੇ ਨਾਲ, ਤਹਿਜ਼ੀਬ ਨਾਲ, ਲਿਆਕਤ ਦੇ ਨਾਲ, ਠੰਡੇ ਮਤੇ ਦੇ ਨਾਲ ਹੀ ਜੰਗ ਜਿੱਤੀ ਜਾ ਸਕਦੀ ਹੈ। ਗੱਲ ਤਾਂ ਸਰਕਾਰ ਦੇ ਉੱਤੇ ਦਬਾਅ ਬਣਾਉਣ ਦੀ ਆ, ਦਬਾਅ ਸਰਕਾਰਾਂ ਦੇ ਬਣਦਾ ਉੱਤੇ ਬਣਦਾ ਹੁੰਦਾ ਇਕੱਠ ਦੇ ਨਾਲ। ਇਕੱਠ ਵਾਲੇ ਆਪਣੇ ਕੋਲ ਘੱਟ ਆ ਤੇ ਤਲਵਾਰਾਂ ਦੇ ਨਾਲ ਤੋਂ ਬੰਦੇ ਸਾਨੂੰ ਉਦੋਂ ਹੀ ਬਦਨਾਮ ਕਰ ਦਿੰਦੇ ਆ। ਉਹ ਤਾਂ ਚਾਹੁੰਦੇ ਵੀ ਇਹ ਤਲਵਾਰਾਂ ਕੱਢ ਕੇ ਲਹਿਰਾਈ ਜਾਣ ਤੇ ਅਸੀਂ ਇਹ ਗੱਲ ਕਹੀਏ ਵੀ ਇਹ ਤਾਂ ਸਿਰਫ ਲੜਾਕੇ ਹੀ ਆ, ਹੋਰ ਤਾਂ ਕੁਛ ਕਰਦੇ ਨੀਗੇ। ਸੋ ਇਸ ਕਰਕੇ ਉਹ ਜਿਹੜਾ ਵਰਤਾਰਾ ਵਾਪਰਿਆ ਉਹਦੇ ਨਾਲ ਮੋਰਚੇ ਨੂੰ ਢਾਹ ਲੱਗੀ ਆ। ਹੁਣ ਕਈ ਬੰਦੇ ਉੱਥੇ, ਉਹ ਬੰਦੇ ਮੈਨੂੰ ਦੱਸਦੇ ਆ ਵੀ ਯਾਰ ਸਾਡਾ ਜਾਣ ਨੂੰ ਤਾਂ ਚਿੱਤ ਕਰਦਾ ਉੱਥੇ, ਪਰ ਪਤਾ ਕੋਈ ਨੀਗਾ ਵੀ ਉੱਥੇ ਕੌਣ ਕਿਹਦੇ ਗੱਲ ਪੈ ਜਾਵੇ। ਹੁਣ ਕੁਝ ਪੱਤਰਕਾਰ ਆ ਉੱਥੇ, ਉਹਨਾਂ ਨੂੰ ਦੇ ਦੁਆਲੇ ਹੋ ਜਾਂਦੇ ਆ, ਉਹ ਕਹਿੰਦੇ ਨੇ ਜੀ ਕਿ ਤੁਸੀਂ ਸਹੀ ਰਿਪੋਰਟਿੰਗ ਨਹੀਂ ਕਰਦੇ ਗੇ, ਇਹਨਾਂ ਨੂੰ ਆਪਾਂ ਕੈਮਰਾ ਫੜ ਲਓ ਇਹਨਾਂ ਦਾ। ਕਿਸੇ ਨੂੰ ਕਹਿ ਦਿੰਦੇ ਵੀ ਤੁਸੀਂ ਬੰਦੇ ਨਹੀਂ ਸਹੀ ਹੈਗੇ, ਤੁਸੀਂ ਤਾਂ ਕਾਮਰੇਡ ਆ, ਤੁਸੀਂ ਫਲਾਣੇ ਆ। ਸੋ ਤੁਸੀਂ ਆਪਣਾ ਕੰਮ ਕਰਨ ਦੀ ਆਜ਼ਾਦੀ ਦਿਓ ਸਭ ਨੂੰ, ਸ਼ਾਂਤਮਈ ਤਰੀਕੇ ਨਾਲ ਇੱਕ ਇਤਿਹਾਸ ਸਿਰਜੋ ਵੀ ਭਾਈ ਇਉਂ ਵੀ ਇੱਕ ਮੋਰਚਾ ਲੱਗਾ। ਜਿਹੜੇ ਪ੍ਰਬੰਧਕ ਆ ਸੋ ਉਹਨਾਂ ਦੇ ਉੱਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਵੀ ਜੇਕਰ ਕੋਈ ਸਾਜਿਸ਼ ਦੇ ਤਹਿਤ ਭੜਕਾਵੇ ਵੀ ਤਾਂ ਉੱਥੇ ਭੜਕਣਾ ਨਹੀਂ, ਕਿਉਂਕਿ ਜੇ ਆਪਾਂ ਭੜਕ ਗਏ ਤਾਂ ਫਿਰ ਤਾਂ ਦੂਜੀ ਧਿਰ ਦਾ ਮਸਲਾ ਹੱਲ ਹੋ ਗਿਆ ਜੀ। ਜੀ ਬਿਲਕੁਲ 100% ਸਹੀ ਗੱਲ ਕਹੀ ਹੈ ਤੁਸੀਂ। ਖੈਰ ਅੱਗੇ ਵੱਧਦੇ ਹਾਂ, ਹੁਣ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਦੇ ਇੱਕ ਆਗੂ ਦੀ। ਕਹਿੰਦੇ ਕਿ ਬਹਿਬਲ ਕਲਾਂ ਗੋਲੀ ਕਾਂਡ ਦੇ ਵਿੱਚ ਇਨਸਾਫ ਨਾ ਮਿਲਣ ਦਾ ਕਰਕੇ ਉਹਨੇ ਅਸਤੀਫਾ ਦੇ ਦਿੱਤਾ ਜੀ, ਕੌਣ ਨੇ ਇਹ? ਦੇਖੋ ਗੱਲ ਇਹ ਜੀ ਕਿ ਇਹ ਕੋਈ ਬਹੁਤ ਵੱਡੇ ਆਗੂ ਤਾਂ ਨਹੀਂ ਹੈਗੇ ਵੀ ਜਿਹਦੇ ਪਕੜ ਗਏ ਵੀ ਇਹ ਨੈਸ਼ਨਲ ਲੈਵਲ ਤੇ ਜਾਂ ਕੋਈ ਸਟੇਟ ਲੈਵਲ ਦੇ ਉੱਤੇ ਪ੍ਰਚਾਰੇ ਹੋਏ ਆ, ਪਰ ਬਹਿਬਲ ਕਲਾਂ ਗੋਲੀ ਕਾਂਡ ਦੇ ਮਾਮਲੇ ਦੇ ਉੱਤੇ ਭਾਵੇਂ ਛੋਟਾ ਆਗੂ ਹੀ ਸਹੀ ਉਹਦੇ ਵੱਲੋਂ ਸੱਤਾਧਾਰੀ ਧਿਰ ਨੂੰ ਅਲਵਿਦਾ ਕਹਿ ਕੇ ਤੇ ਪਾਸੇ ਹੋ ਜਾਣਾ ਇਹ ਇੱਕ ਵੱਡੀ ਗੱਲ ਜ਼ਰੂਰ ਆ। ਪਤਾ ਲੱਗਾ ਵੀ ਆਮ ਆਦਮੀ ਪਾਰਟੀ ਦੇ ਆਗੂ
ਤੇ ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਦੇ ਪ੍ਰਧਾਨ ਸੀਨੀਅਰ ਐਡਵੋਕੇਟ ਕਿਸ਼ਨ ਸਿੰਘ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ। ਇਹਨਾਂ ਨੇ ਭਗਵੰਤ ਮਾਨ ਨੂੰ ਆਪਣਾ ਅਸਤੀਫਾ ਭੇਜਤਾ ਤੇ ਕੇਜਰੀਵਾਲ ਤੇ ਭਗਵੰਤ ਮਾਨ ਦੇ ਬਾਰੇ ਇਹਨਾਂ ਨੇ ਗੱਲ ਕਹੀ ਆ ਵੀ 11 ਮਹੀਨੇ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਇਸ ਮਾਮਲੇ ਦੇ ਵਿੱਚ ਬਹਿਬਲ ਕਲਾਂ ਗੋਲੀਕਾਂਡ, ਕੋਟਕਪੂਰਾ ਕਾਂਡ, ਬਰਗਾੜੀ ਕਾਂਡ, ਇਹਦੇ ਵਿੱਚ ਇਨਸਾਫ਼ ਨਹੀਂ ਮਿਲਿਆ। ਇਹਨਾਂ ਨੇ ਇਹ ਗੱਲ ਕਹੀ ਆ ਵੀ ਇਨਸਾਫ਼ ਦੇਣ ਦੀ ਗੱਲ ਕੇਜਰੀਵਾਲ ਸਾਹਿਬ ਨੇ 24 ਘੰਟਿਆਂ ਦੇ ਵਿੱਚ ਕੀਤੀ ਸੀ। ਇਹਨਾਂ ਨੇ ਕਿਹਾ ਸੀ ਵੀ ਸਾਨੂੰ ਮੌਕਾ ਦਿਓ, ਅਸੀਂ 24 ਘੰਟੇ ਦੇ ਵਿੱਚ ਸਾਡੀ ਸਰਕਾਰ ਆਉਣ ਤੋਂ ਬਾਅਦ ਇਨਸਾਫ਼ ਦੇ ਦਿਆਂਗੇ। ਪਰ ਆਹ ਦੇਖੋ ਜੀ ਹੁਣ ਕਿੰਨਾ ਸਮਾਂ ਬੀਤ ਗਿਆ, ਹਾਲੇ ਤੱਕ ਇਨਸਾਫ਼ ਮਿਲਿਆ ਨਹੀਂ। ਸੋ ਲੋਕ ਵੀ ਇਸ ਗੱਲ ਨੂੰ ਸੋਚ ਲਿਆ ਵੀ ਭਾਈ ਇਨਸਾਫ਼ ਮਿਲਿਆ ਨਹੀਂ, ਦੁੱਖ ਆ। ਪਰ ਅਗਲੀ ਗੱਲ ਇਹ ਆ ਵੀ ਜਿਹੜਾ ਬਹਿਬਲ ਕਲਾਂ ਗੋਲੀਕਾਂਡ ਦੇ ਇਨਸਾਫ਼ ਦੇ ਲਈ ਮੋਰਚਾ, ਬਹਿਬਲ ਕਲਾਂ ਇਨਸਾਫ਼ ਮੋਰਚਾ, ਉਸ ਮੋਰਚੇ ਦੇ ਵੱਲੋਂ ਪਿਛਲੇ ਕਈ ਦਿਨਾਂ ਤੋਂ ਬਠਿੰਡਾ ਅੰਮ੍ਰਿਤਸਰ ਸੜਕ ਦੇ ਉੱਤੇ ਹਾਈਵੇ 'ਤੇ ਜਾਮ ਲਾਇਆ ਗਿਆ ਸੀ। ਪੰਜਾਬ ਦੀ ਸਰਕਾਰ ਨੇ ਅਪੀਲ ਕੀਤੀ ਸੀ ਵੀ ਜਾਮ ਖੋਲ੍ਹ ਦਿਓ, ਲੋਕ ਪਰੇਸ਼ਾਨ ਹੁੰਦੇ ਆ। ਪ੍ਰਦਰਸ਼ਨਕਾਰੀਆਂ ਨੇ ਜਾਮ ਖੋਲ੍ਹਤਾ 28 ਫਰਵਰੀ ਤੱਕ। ਉਹਨਾਂ ਨੇ ਇਹ ਗੱਲ ਕਹੀ ਆ ਵੀ 28 ਫਰਵਰੀ ਤੱਕ ਤੁਸੀਂ ਇਨਸਾਫ਼ ਦਿਓ, ਅਤੇ ਉਹਨਾਂ ਨੇ ਜਦੋਂ ਹੁਣ ਖੋਲ੍ਹਤਾ ਤਾਂ ਸਰਕਾਰ ਨੇ ਧੰਨਵਾਦ ਵੀ ਕਰਤਾ। ਹੁਣ ਇਹ 28 ਫਰਵਰੀ ਤੱਕ ਸੂਬੇ ਦੀ ਸਰਕਾਰ ਕਿਹੋ ਜਿਹਾ ਇਨਸਾਫ਼ ਦਿੰਦੀ ਆ, ਕੀ ਬਣਦਾ ਕੀ ਨਹੀਂ ਬਣਦਾ, ਇਹ ਵਕਤ ਦੱਸੂਗਾ। ਪਰ ਗੱਲ ਇਹ ਵੀ ਜੇਕਰ 28 ਤੱਕ ਇਨਸਾਫ਼ ਨਾ ਮਿਲਿਆ ਤਾਂ ਉਸ ਤੋਂ ਬਾਅਦ ਲੋਕਾਂ ਨੇ ਫਿਰ ਸੜਕ ਦੇ ਉੱਤੇ ਆ ਕੇ ਬਹਿ ਜਾਣਾ, ਅਤੇ ਹੁਣ ਸ਼ਾਇਦ ਹੋਰ ਵੱਡੀ ਗਿਣਤੀ ਦੇ ਵਿੱਚ ਬੈਠਣਗੇ। ਸੋ ਲੋੜ ਪਾਈ ਇਸ ਗੱਲ ਦੀ ਹੈ ਵੀ ਜਿਹੜੀ ਗੱਲ ਦਾ ਵਾਅਦਾ ਕੀਤਾ ਉਹ ਵਾਅਦਾ ਪੂਰਾ ਕੀਤਾ ਜਾਵੇ। ਅਕਾਲੀ ਦਲ ਦੇ ਰਾਜ ਦੇ ਵਿੱਚ ਇਹ ਸਾਰਾ ਕੁਝ ਵਾਪਰਿਆ ਸੀ, ਉਹ ਸਰਕਾਰ ਚਲੀ ਗਈ, ਕੁਝ ਨਹੀਂ ਹੋਇਆ। ਕਾਂਗਰਸ ਦੀ ਸਰਕਾਰ ਆਈ, ਉਹਨਾਂ ਨੇ ਇਨਸਾਫ਼ ਦੇਣ ਦੀ ਗੱਲ ਕੀਤੀ, ਕੁਛ ਨਹੀਂ ਹੋਇਆ। 11 ਮਹੀਨੇ ਹੋ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਇਆ, ਹਾਲੇ ਤੱਕ ਕੁਝ ਨਹੀਂ ਹੋਇਆ। ਸੋ ਲੋਕ ਹੁਣ ਅੱਕੇ ਪਏ ਇਸ ਮਾਮਲੇ ਤੇ। ਜੀ ਬਿਲਕੁਲ ਸਹੀ ਸਰ, ਲਤੀਫਪੁਰੇ ਦੇ ਜਿਹੜੇ ਪੀੜਤ ਦੇ ਉਹਨਾਂ ਦੇ ਵੱਲੋਂ ਵਿਧਾਇਕ ਦਾ ਘਰ ਘੇਰਿਆ ਗਿਆ ਜੀ, ਕਿਹੜਾ ਵਿਧਾਇਕ ਹੈ ਇਹ? ਦੇਖੋ ਜੀ, ਜਿਹੜੇ ਸ਼ੀਤਲ ਅੰਗਰਾਲ ਦੇ ਘਰ ਨੂੰ ਘੇਰਾ ਪਾਇਆ ਗਿਆ, ਲਤੀਫਪੁਰੇ ਦੇ ਪੀੜਤ ਲੋਕ ਆ ਜਿਹੜੇ ਕਿ ਬੇਘਰੇ ਹੋ ਗਏ, ਜਿਹੜੇ ਕਿ ਉਜਾੜ ਦਿੱਤੇ ਗਏ, ਜਿਹਨਾਂ ਦਾ ਕਸੂਰ ਕੋਈ ਨਹੀਂ ਸੀ। ਕਸੂਰ ਇਹ ਆ ਉਹ ਕਹਿੰਦੇ ਵੀ ਤੁਸੀਂ ਨਜਾਇਜ਼ ਥਾਂ 'ਤੇ ਬੈਠੇ ਆ, ਪਰ ਜਾਇਜ਼ ਥਾਂ ਦੇ ਉੱਤੇ ਜਾ ਕੇ ਤੁਸੀਂ ਵੋਟਾਂ ਮੰਗਦੇ ਰਹੇ ਆ, ਉਦੋਂ ਤੁਸੀਂ ਕਿਉਂ ਨਹੀਂ ਕਿਹਾ ਵੀ ਭਾਈ ਤਾਂ ਨਜਾਇਜ਼ ਵੋਟਾਂ ਵਾਲੇ ਇਸ ਤਾਂ ਕੋਲ ਜਾਣਾ ਹੀ ਨਹੀਂ ਗਾ। ਸੋ ਉਹਨਾਂ ਲੋਕਾਂ ਦੇ ਜਿਹੜੇ ਘਰ ਉਜਾੜੇ ਗਏ ਆ, ਉਹ ਲੋਕ ਹੁਣ ਟੈਂਟਾਂ ਦੇ ਵਿੱਚ ਬੈਠੇ ਆ। ਉਹ ਟੈਂਟਾਂ ਦੇ ਵਿੱਚ ਬੈਠੇ ਹੋਏ ਲੋਕ ਆ ਜਿਹੜੇ, ਅਤੇ ਉਹਨਾਂ ਦੇ ਵੱਲੋਂ ਵੀ ਹੁਣ ਪਤਾ ਹੀ ਉਹਨਾਂ ਨੂੰ ਵੀ ਭਾਈ ਜ਼ਮੀਨੀ ਚੋਣ ਜਲੰਧਰ ਦੀ ਆ ਗਈ ਆ, ਅਤੇ ਹੁਣ ਜੇ ਸਰਕਾਰ ਦੇ ਉੱਤੇ ਦਬਾਅ ਬਣਾ ਲਾਂਗੇ ਤਾਂ ਸ਼ਾਇਦ ਕੋਈ ਫਾਇਦਾ ਹੋ ਜਾਊਗਾ। ਇਸ ਕਰਕੇ ਉਹ ਜਲੰਧਰ ਦੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਨੂੰ ਘੇਰਾ ਪਾਉਣ ਲੱਗ ਪਏ ਆ। ਸ਼ੀਤਲ ਅੰਗਰਾਲ ਦੇ ਘਰ ਨੂੰ ਉਹਨਾਂ ਨੇ ਘੇਰਾ ਪਾਇਆ। ਉਹਨਾਂ ਨੇ ਇਹ ਗੱਲ ਕਹੀ ਆ ਵੀ ਆਉਂਦੇ ਸਮੇਂ ਦੇ ਵਿੱਚ ਅਸੀਂ ਬਲਵੀਰ ਸਿੰਘ ਸੋਢੀ ਦੇ ਘਰ ਨੂੰ ਵੀ ਘੇਰਾ ਪਾਵਾਂਗੇ, ਹੋਰ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਨੇਤਾ ਉਹਨਾਂ ਦੇ ਘਰਾਂ ਨੂੰ ਵੀ ਘੇਰਾਂਗੇ, ਤਾਂ ਜੋ ਸਰਕਾਰ ਤੱਕ ਇਸ ਗੱਲ ਦਾ ਸੇਕ ਪਹੁੰਚੇ ਅਤੇ ਸਰਕਾਰ ਸਾਨੂੰ ਮੁੜ ਵਸੇਬੇ ਵਾਸਤੇ ਕੁਝ ਨਾ ਕੁਝ ਕਰਕੇ ਦੇਵੇ। ਸਰਕਾਰ ਹੁਣ ਉਦੋਂ ਕਾਲੇ ਕਦਮੀ ਫੈਸਲਾ ਤਾਂ ਕਰ ਬੈਠੀ, ਹੁਣ ਸਰਕਾਰ ਨੂੰ ਇਹ ਗੱਲ ਸੋਚਦੀ ਨਹੀਂ ਵੀ ਅਸੀਂ ਕਰੀਏ ਤਾਂ ਕੀ ਕਰੀਏ। ਸਰਕਾਰ ਹੁਣ ਕਦੇ ਕਹਿ ਦਿੰਦੀ ਜੀ ਅਸੀਂ ਤੁਹਾਨੂੰ ਫਲੈਟ ਦੇ ਦਿੰਦੇ ਹਾਂ, ਕਦੇ ਕਹਿ ਦਿੰਦੇ ਕੁਛ ਕਰ ਦਿੰਦੇ, ਕਦੇ ਕੁਛ ਕਰ ਦਿੰਦੇ ਹਾਂ, ਪਰ ਲੋਕ ਆ ਜਿਹੜੇ ਪੀੜਤ ਆ ਜਿਹੜੇ ਉਹ ਇਸ ਗੱਲ ਦੇ ਉੱਤੇ ਸੰਤੁਸ਼ਟ ਨਹੀਂ ਕਿ ਤੁਸੀਂ ਜੋ ਕਹਿੰਦੇ ਅਸੀਂ ਉਵੇਂ ਮੰਨ ਲੈਂਦੇ ਹਾਂ। ਸੋ ਇਹ ਵਕਤ ਦੱਸੂਗਾ ਬਣਦਾ ਕੀ ਆ। ਪਰ ਇਸ ਵੇਲੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਚਾਹੁੰਦੀ ਆ ਕਿ ਜਲੰਧਰ ਦੇ ਵਿੱਚ ਸਾਨੂੰ ਸਨਮਾਨਯੋਗ ਵੋਟਾਂ ਮਿਲਣ ਤਾਂ ਇਸ ਮਸਲੇ ਨੂੰ ਸਹੀ ਤਰੀਕੇ ਦੇ ਨਾਲ ਨਜਿੱਠਣਾ ਪਊਗਾ। ਹਾਂ, ਜੇਕਰ ਨਾ ਨਜਿੱਠਿਆ, ਜੇ ਇਹ ਮਸਲਾ ਇਵੇਂ ਲਟਕੀ ਗਿਆ ਤਾਂ ਇਸ ਮਾਮਲੇ ਦੇ ਵਿੱਚ ਹੋਰ ਕੁਝ ਨਹੀਂ ਹੋਣਾ ਗਾ, ਇਹਨਾਂ ਨੂੰ ਵੋਟਾਂ ਨਹੀਂ ਪੈਣੀਆਂ ਚੱਜਣੀਆਂ। ਉਸ ਤੋਂ ਅਗਲੀ ਗੱਲ ਇਹ ਆ ਵੀ ਪੰਜਾਬ ਦੇ ਵਿੱਚ ਜਿਹੜੀ ਜਲੰਧਰ ਦੀ ਜ਼ਮੀਨੀ ਚੋਣ ਆ, ਇਹਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਹੀ ਮੁਕਾਬਲਾ ਮੁੱਖ ਤੌਰ 'ਤੇ ਹੋਣਾ। ਕਾਂਗਰਸ ਨਾਲ ਇਸ ਕਰਕੇ ਹੋਣਾ ਕਿਉਂਕਿ ਸੀਟ ਉਹਨਾਂ ਦੀ ਸੀ, ਚੌਧਰੀ ਸੰਤੋਖ ਸਿੰਘ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਸੀ, ਅਤੇ ਆਮ ਆਦਮੀ ਪਾਰਟੀ ਨਾਲ ਇਸ ਕਰਕੇ ਮੁਕਾਬਲਾ ਹੋਣਾ ਕਿਉਂਕਿ ਪੰਜਾਬ ਦੇ ਵਿੱਚ ਸਰਕਾਰ ਉਹਨਾਂ ਦੀ ਹੈ। ਪਰ ਜੇਕਰ ਇਹਨਾਂ ਨੇ ਲਤੀਫਪੁਰੇ ਵਾਲਾ ਮਾਮਲਾ ਹੱਲ ਨਾ ਕੀਤਾ ਤਾਂ ਫਿਰ ਕੰਮ ਔਖਾ ਹੋ ਜਾਣਾ। ਜੀ ਬਿਲਕੁਲ ਸਹੀ ਕਿਹਾ ਤੁਸੀਂ। ਪਰ ਵੈਸੇ ਸਰ, ਜਿਹੜੀ ਜਲੰਧਰ ਵਾਲੀ ਜ਼ਮੀਨੀ ਚੋਣ ਹੈ, ਇਹਦੇ ਲਈ ਕਾਂਗਰਸ ਦੇ ਵਿੱਚ ਵੀ ਕਾਫੀ ਜ਼ਿਆਦਾ ਘਮਸਾਨ ਚੜਿਆ ਹੋਇਆ ਇਸ ਵੇਲੇ। ਕਾਂਗਰਸ ਉਹ ਪਾਰਟੀ ਹੈ ਜਿੱਥੇ ਹਰ ਮੋੜ ਦੇ ਉੱਤੇ ਘਮਸਾਨ ਹੀ ਘਮਸਾਨ ਹੁੰਦਾ। ਕਾਂਗਰਸ ਉਹ ਪਾਰਟੀ ਹੈ ਜਿੱਥੇ ਮੈਂ ਕਦੇ ਨਹੀਂ ਦੇਖਿਆ ਵੀ ਭਾਈ ਲੈ ਦੇ ਕੇ ਗੱਲ ਹੋਵੇ ਵੀ ਭਾਈ ਸ਼ਾਂਤਮਈ ਤਰੀਕੇ ਨਾਲ ਅਸੀਂ ਇਕੱਠੇ ਹੋ ਕੇ ਹਮਲਾ ਮਾਰਦੇ ਹਾਂ। ਕਾਂਗਰਸ ਨੂੰ ਕਾਂਗਰਸ ਡੋਬਦੀ ਹੁੰਦੀ ਹਰ ਵਾਰ, ਕਾਂਗਰਸ ਨੂੰ ਅਕਾਲੀ ਦਲ ਜਾਂ ਭਾਜਪਾ ਤਾਂ ਬਾਅਦ ਦੇ ਵਿੱਚ ਡੋਬੂ, ਪਹਿਲਾਂ ਤਾਂ ਕਾਂਗਰਸ ਨੂੰ ਕਾਂਗਰਸ ਹੀ ਡੋਬ ਲੈਂਦੀ ਹੈ। ਤੁਸੀਂ ਦੇਖੋ ਵੀ ਅੱਜ ਦੀ ਤਰੀਕ ਦੇ ਵਿੱਚ ਕਾਂਗਰਸੀਆਂ ਨੂੰ ਆਪਸ ਦੇ ਵਿੱਚ ਲੜਨ ਬਾਰੇ ਸੋਚਣਾ ਚਾਹੀਦਾ। ਕਿਹੜਾ ਤੁਹਾਡੀ ਤੂਤੀ ਬੋਲਦੀ ਵੀ ਭਾਈ ਲੋਕਾਂ ਦੇ ਕਾਫਲੇ ਤੁਹਾਡੇ ਮਗਰ ਲੱਗੇ ਪਏ ਆ, ਪਰ ਇਸ ਦੇ ਬਾਵਜੂਦ ਵੀ ਅੰਦਰ ਖਾਤੇ ਲੜਾਈ ਹੈ। ਕਾਂਗਰਸ ਦੇ ਵਿੱਚ ਲੜਾਈ ਹੁਣ ਛਿੜੀ ਹੋਈ ਹੈ ਟਿਕਟ ਲੈਣ ਦੀ, ਹਾਲਾਂਕਿ ਅੱਧੀ ਕੁ ਕਾਂਗਰਸ ਤਾਂ ਇਹ ਗੱਲ ਕਹਿੰਦੀ ਹੈ ਵੀ ਚੌਧਰੀ ਸੰਤੋਖ ਸਿੰਘ ਦੀ ਪਤਨੀ ਜਾਂ ਪਰਿਵਾਰ ਦੇ ਕਿਸੇ ਮੈਂਬਰ ਨੂੰ ਟਿਕਟ ਮਿਲਣੀ ਚਾਹੀਦੀ ਹੈ, ਹਮਦਰਦੀ ਦੀ ਵੋਟ ਵੀ ਮਿਲੂਗੀ, ਬਣਦੀ ਵੀ ਉਹਨਾਂ ਦੀ ਟਿਕਟ ਆ,
क्योंकि उन्होंने परिवार का नुकसान होया। दूजे पासे चरणजीत चन्नी का खेमा जिहड़ा जिहदे च प्रगट सिंह होरी भी आ, हरजिंदर बेरी भी आ, उधर जिहड़ा आदमपुर वाला विधायक सुखविंदर कोटली भी आ, होर कई आ जिहड़े, उह इह गल चाहुंदे जी कि चरणजीत चन्नी नूं टिकट मिले। चरणजीत चन्नी दे बारे इह गल कही जा रही आ भी भावें कि उह हार गए दोवां थावां तों, पर दुआबा खेतर दे विच इस ही भाईचारे दे विच कांग्रेस का पसारा करन दे विच योगदान उन्होंने पाया। सो इस वेले टिकट की जंग लड़ रही है। तीजा बंदा भी ये विच इहदे च महेंद्र सिंह के पी आ, उह चाहुंदे जां उन्होंने समर्थक चाहुंदे भी टिकट इधरले पासे आवे। सो इस वेले चौधरी दे परिवार चरणजीत चन्नी ते महेंद्र सिंह के पी इन्हां दे समर्थक आपस दे विच लॉबिंग कर रहे हैं भी टिकट सानू मिले, टिकट सानू मिले, टिकट सानू मिले, टिकट सानू मिले। सो इस करके पता नहीं की बनूंगा आउंदे समें दे विच, पर कांग्रसी कांग्रेस दे बेड़ा बहादने हुंदे आ ते देखदे आ भी अज की बनदा जी। जी बिल्कुल सही कहा तुसीं। खैर अगे वधदे आ जी, एक वीडियो अस्पताल दी सोशल मीडिया दे उपर बहुत ज्यादा वायरल हो रही है जी। ये वीडियो गायक अमृत मान दी दसी जा रही है, कहिंदे एक व्याह प्रोग्राम दे विच बहुत वड्डा पंगा पै गया। देखो गल ये भी पंजाब दे कलाकार आ जिहड़े, जे उह 5-6 लख रुपया लैंदे आ तां उहनां नूं माड़ा मोटा ट्रमा भी रखना चाहीदा। दुनिया दे विच किहड़े काम दी इन्नी तनखाह हैगी जिहदे च 5-6 लख रुपया 2 घंटिआं दा मिलदा? 2 घंटे तुसीं जाणा ते जे उत्थे भी आपदा प्रभाव चंगा छड्ड के ना आए तां फिर तां लाणती आ। मशहूर होना वक्री गल आ, देखो मशहूरी मशहारी 5-4 साल लई बड़े लोगों नूं मिलदी हुंदी आ, कोई बहुत वड्डी गल है नहीं इह। पर उस तों अगली गल इह आ भी अमृत मान होरां दा भी कसूर हैगा ते बाकी जिहड़े लोग जिन्हां ने प्रोग्राम कराया उहनां दा भी कसूर हैगा। जदों कलाकार स्टेज दे उत्ते गा रिहा ते पता ही नहीं लोगों नूं की चंडी चढ़दी आ, उसे वेले स्टेज ते जाके फोटो खिचवाउणी आ। बंदा गा रिहा ते मेरे वर्गा जाके कह देना भाई जी इक माड़े सिद्धा होइओ सैल्फी कर लईए, बंदे दा कई वारी मूड नहीं भी हुंदा। सो जिहड़े मोगे दे विच इक पिंड आ उत्थे NRI परिवार आए सी, उन्हां ने अमृत मान नूं 6 लख रुपये च बुक किया जिवें कि उन्हां ने कहा। उस थां दे उत्ते जदों गा रिहा अमृत मान ते इन्हां ने 2-2.25 घंटे लाउणे हुंदे आ, ते लो जी उत्थे हाले उन्हें 4-5-6 गीत ही गाए होणे आ ते एक मुंडा स्टेज ते चढ़िया, वह कहना जी मैं सैल्फी करवाउणी आ। अमृत मान ने झाड़ता भी नहीं सैल्फी नहीं होनी गी, हाले हाले मेरा काम चल रहा। उस तो बाद उस मुंडे के परिवारक मैंबर जिहड़े खिंच गए, उन्होंने तार खिंच ली, अमृत मान का प्रोग्राम बंद हो गया ते अमृत मान छड़ के प्रोग्राम विचाले चला गया। उस तो बाद जिहड़े परिवार के मेली गेली आ उन्होंने साजिया नूं ते मैनेजर नूं घेरा पा लिया, फिर पुलिस आई, पता नहीं की मसले का हल होया होगा। हुण दो गल्लां ने, एक तो सबर उन्हां मूर्ख मत्तियां नूं भी करना चाहिए जिहड़े कि कहिंदे भी सैल्फी मैं हुणे करवाउणी आ। जदों बंदा जॉब कर रहा स्टेज दे उत्ते अपना गा रहा ते सबर कर लो, किहड़ा कोई भुचाला चलिया सी भी 2 घंटिआं बाद कुछ भुचाल आ जाणा भी सैल्फी फेर करा लिओ, तुसीं उहदे काम दे विच विघन क्यों पाउंदे आ? दूजी गल इह आ भी जेकर अमृत मान दे कोले बंदा कोई गया भी आ ਉਹ ਉਹਦੇ ਨਾਲ ਪਿਆਰ ਨਾਲ ਸੈਲਫੀ ਕਰਵਾ ਲੈਂਦਾ ਤੇ ਇਹ ਗੱਲ ਕਹਿ ਦਿੰਦਾ ਵੀ ਵੀਰ ਜੀ ਬਾਕੀ ਫੋਟੋਆਂ ਆਪਾਂ ਕਰਾਂਗੇ ਪ੍ਰੋਗਰਾਮ ਤੋਂ ਬਾਅਦ ਤੇ ਫਿਲਹਾਲ ਸਿਰਫ ਆ ਇੱਕ ਹੀ ਕਰਵਾਉਣੀ ਆ, ਤੁਸੀਂ ਮੇਰੇ ਕੰਮ ਦੇ ਵਿੱਚ ਵਿਘਨ ਨਾ ਪਾਓ, ਪਿਆਰ ਦੇ ਨਾਲ ਕਿਹਾ ਜਾਂਦਾ। ਸੋ ਕਲਾਕਾਰ ਵੀ ਘੱਟ ਨਹੀਂ ਗੇ ਤੇ ਲੋਕ ਵੀ ਘੱਟ ਨਹੀਂ ਗੇ, ਇਹ ਦੋਵੇਂ ਇੱਕੋ ਜਿਹੇ ਆ। ਤੇ ਮੈਂ ਤਾਂ ਕਦੇ ਕਦੇ ਸੋਚਦਾ ਹੁੰਦਾ ਵੀ 6-6 ਲੱਖ ਰੁਪਈਆ ਦੇ ਕੇ ਤੁਸੀਂ 2-2 ਘੰਟੇ ਲਈ ਬੰਦਾ ਸੱਦੇ ਆ, ਮਤਲਬ ਇਹ ਆ ਇਹਦਾ ਕਿ ਭਾਈ 3 ਲੱਖ ਰੁਪਈਆ 1 ਘੰਟੇ ਦਾ, ਮਤਲਬ ਇਹ ਆ ਵੀ 1.5 ਲੱਖ ਰੁਪਈਆ ਅੱਧੇ ਘੰਟੇ ਦਾ ਤੇ 15 ਮਿੰਟ ਦਾ ਤੁਸੀਂ 75,000 ਰੁਪਈਆ ਦਿੰਦੇ, ਇਹਦਾ ਮਤਲਬ ਇਹ ਆ। ਤੇ ਫਿਰ ਭਾਈ ਤੁਸੀਂ ਜਿਹੋ ਜਿਹੇ ਮਾਣ ਮੱਤੇ ਕੰਮ ਕਰਦੇ ਆ ਤੇ ਨਤੀਜੇ ਵੀ ਭਾਈ ਉਹੋ ਜਿਹੇ ਆਉਣੇ ਆ। ਇਹਨਾਂ ਹੀ ਲੋਕਾਂ ਨੂੰ ਇਹ ਗੱਲ ਕਹੀ ਜਾਵੇ ਵੀ ਭਾਈ ਪਿੰਡ ਦੇ ਵਿੱਚ ਫਲਾਣਾ ਕੈਂਸਰ ਪੀੜਤ ਆ ਉਹਨੂੰ 50,000 ਰੁਪਈਆ ਦੇਣਾ, ਸ਼ਾਇਦ ਉੱਥੇ ਨਖਰਾ ਵੀ ਹੋਵੇ। ਸੋ ਗੱਲ ਇਹ ਜੀ ਕਿ ਲੋਕ ਵੀ ਉੱਦਾਂ ਦੇ ਹੀ ਆ ਤੇ ਗਵਾਈਏ ਵੀ ਉੱਦਾਂ ਦੇ ਹੀ ਆ। ਜੀ ਬਿਲਕੁਲ ਸਹੀ ਕਿਹਾ ਤੁਸੀਂ। ਖੈਰ ਹੁਣ ਗੱਲ ਕਰਦੇ ਹਾਂ ਜੀ ਮੋਗੇ ਦੀ ਇੱਕ ਔਰਤ ਦੀ, ਕਹਿੰਦੇ ਉਹਦੇ ਵੱਲੋਂ ਮਸਕਟ ਦੇ ਵਿੱਚ ਔਰਤਾਂ ਦੀ ਦਲਾਲੀ ਦੇ ਉੱਪਰ ਦੋਸ਼ ਲੱਗੇ ਨੇ ਜੀ। ਹਾਂ ਬਿਲਕੁਲ ਜੀ, ਉਹਨੇ ਦੋਸ਼ ਲਾਏ, ਅਸਲ 'ਚ ਲੱਗੇ ਨਹੀਂ, ਉਹਨੇ ਇਹ ਗੱਲ ਕਹੀ ਆ ਵੀ ਮੈਂ ਉਹ ਲੁਧਿਆਣੇ ਦੇ ਵਿੱਚ ਪਹੁੰਚੀ, ਉਹ ਔਰਤ ਮੋਗੇ ਦੀ ਰਹਿਣ ਵਾਲੀ ਹੈ, ਉਹਨੇ ਕਿਹਾ ਜੀ ਕਿ ਮੋਗੇ ਦੀ ਇੱਕ ਔਰਤ ਨੇ ਮੈਨੂੰ ਮਸਕਟ ਭੇਜਿਆ ਸੀ ਵੀ ਤੈਨੂੰ ਕੋਈ ਘਰਾਂ ਦੇ ਵਿੱਚ ਕੰਮ ਕਾਜ ਕਰਨ ਲਈ ਭੇਜ ਰਹੇ ਹਾਂ ਅਤੇ 35,000-40,000 ਰੁਪਇਆ ਤੂੰ ਮਹੀਨਾ ਕਮਾ ਲਿਆ ਕਰੇਂਗੀ। ਉਹ ਕਹਿੰਦੀ ਜਦੋਂ ਮੈਂ ਉੱਥੇ ਪਹੁੰਚ ਗਈ ਤਾਂ ਕੁਝ ਲੋਕਾਂ ਦੇ ਨਾਲ ਮੇਰੇ ਸੰਪਰਕ ਕਰਵਾਇਆ ਇਹਨੇ, ਉਹ ਲੋਕ ਮੈਨੂੰ ਦੇਹ ਵਪਾਰ ਦੇ ਵਿੱਚ ਪਾਤਾ ਉਹਨਾਂ ਨੇ, ਜੇ ਮੈਂ ਨਾ ਕਰਦੀ ਸੀ ਮੈਨੂੰ ਕੁੱਟਦੇ ਮਾਰਦੇ ਸੀ। ਉਹ ਕਹਿੰਦੀ ਵੀ 1.5-2 ਮਹੀਨੇ ਮੈਂ ਬੰਦੂਆ ਮਜ਼ਦੂਰਾਂ ਵਾਂਗੂ ਰਹੀ ਉੱਥੇ, ਹਰ ਰੋਜ਼ ਮੈਨੂੰ ਕਈ ਲੋਕ ਆ ਕੇ ਪਰੇਸ਼ਾਨ ਕਰਦੇ ਹੁੰਦੇ ਸੀ। ਉਹ ਕਹਿੰਦੀ ਵੀ ਜਿਹੜੇ ਘਰ 'ਚ ਮੈਨੂੰ ਰੱਖਿਆ ਸੀ ਫਿਰ ਉੱਥੋਂ ਵਾਈਫਾਈ ਲੈ ਕੇ ਮੈਂ ਪੰਜਾਬ ਦੀ ਇੱਕ ਸਮਾਜ ਸੇਵੀ ਸੰਸਥਾ ਨਾਲ ਪਹੁੰਚ ਕੀਤੀ, ਉਹ ਸਮਾਜ ਸੇਵੀ ਸੰਸਥਾ ਇਸ ਔਰਤ ਦੇ ਘਰੇ ਪਹੁੰਚੀ ਜਿਹੜੀ ਮੋਗੇ ਦੇ ਵਿੱਚ ਆ। ਮੋਗੇ ਵਾਲੀ ਔਰਤ ਦੇ ਉੱਤੇ ਦਬਾਅ ਪਿਆ ਤਾਂ ਇਹਨੇ ਜੋ ਆਪਦੇ ਦਲਾਲ ਹੈਗੇ ਮਸਕਟ ਦੇ ਵਿੱਚ ਉਹਨਾਂ ਨੂੰ ਕਿਹਾ ਤੇ ਫਿਰ ਟਿਕਟ ਲੈ ਕੇ ਤੇ ਮੈਂ ਇੱਧਰ ਵਾਪਸ ਆਈ ਹਾਂ।
ਇਹਨੇ ਇਹ ਗੱਲ ਕਹੀ ਆ ਵੀ ਬਹੁਤ ਸਾਰੀਆਂ ਪੰਜਾਬ ਦੇ ਕੁੜੀਆਂ ਹੋਰ ਵੀ ਆ ਜਿਹੜੀਆਂ ਨੂੰ ਲੈ ਕੇ ਹੋਰ ਕੰਮ ਲਈ ਗਏ ਆ ਤੇ ਪਰ ਉੱਥੇ ਕਰਵਾਉਂਦੇ ਹੋਰ ਕੰਮ ਆ, ਬੜੀਆਂ ਕੁੜੀਆਂ ਚਿੜੀਆਂ ਬੜੀਆਂ ਔਰਤਾਂ ਉੱਥੇ ਹੋਰ ਵੀ ਫਸੀਆਂ। ਸੋ ਉਹਨੇ ਦੱਸਿਆ ਜੀ ਕਿ ਕਿਸ ਤਰੀਕੇ ਦੇ ਨਾਲ ਸਾਡੇ ਪੰਜਾਬ ਦੇ ਲੋਕ ਹੀ ਦੇਹ ਵਪਾਰ ਦੇ ਧੰਦੇ ਦੇ ਵਿੱਚ ਸਾਡੀਆਂ ਇੱਥੋਂ ਦੀਆਂ ਧੀਆਂ ਭੈਣਾਂ ਨੂੰ ਪਾ ਰਹੇ ਆ, ਜਿਵੇਂ ਕਿ ਉਹਨੇ ਕਿਹਾ ਜੀ ਮੈਨੂੰ ਵੀ ਪਤਾ ਸੀ। ਸੋ ਇਹ ਇੱਕ ਬੜੀ ਸਨਸਨੀਖੇਜ਼ ਖਬਰ ਆ, ਇਸ ਗੱਲ ਦੇ ਉੱਤੇ ਚਰਚਾ ਹੋਣੀ ਚਾਹੀਦੀ ਆ। ਬਹੁਤ ਸਾਰੇ ਲੋਕ ਤਾਂ ਬਹੁਤ ਸਾਰੀਆਂ ਕੁੜੀਆਂ ਛਿੜੀਆਂ ਪਰਦਾ ਪਾ ਲੈਂਦੀਆਂ ਵੀ ਚਲੋ ਜੋ ਮੇਰੇ ਨਾਲ ਬੀਤ ਗਿਆ ਬੀਤ ਗਿਆ, ਕਿਸੇ ਨੂੰ ਗੱਲ ਨਾ ਦੱਸੀਏ, ਪਰ ਇਸ ਔਰਤ ਨੇ ਸਾਹਮਣੇ ਆ ਕੇ ਸਾਰੀ ਗੱਲ ਦੱਸੀ ਆ ਜੀ। ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ, ਅੱਜ ਲਈ ਇੰਨਾ ਹੀ ਜੀ, ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ। ਮਿਹਰਬਾਨੀ ਮਿਹਰਬਾਨੀ।